हेलो डियर स्टूडेंट्स हाउ आर यू ऑल डियर स्टूडेंट्स क्लास 8th ਦੇ ਮੈਥਸ ਵਿਸ਼ੇ ਨਾਲ ਸੰਬੰਧਿਤ ਸੈਸ਼ਨ ਵਿੱਚ ਸਾਰਿਆਂ ਦਾ ਸਵਾਗਤ ਹੈ ਤੇ ਵਿਦਿਆਰਥੀਓ ਫਸਟ ਯੂਨਿਟ ਅਸੀਂ ਕਰ ਚੁੱਕੇ ਹਾਂ ਜਿਸ ਦਾ ਨਾਮ ਸੀ ਰੈਸ਼ਨਲ ਨੰਬਰਸ ਤੇ ਅੱਜ ਅਸੀਂ ਵਿੱਚੋਂ ਲੀਨੀਅਰ ਇਕੁਏਸ਼ਨ ਇਨ 1 ਵੇਰੀਏਬਲ ਮੀਨਸ ਇੱਕ ਚੱਲ ਵਾਲੇ ਰੇਖੀ ਸਮੀਕਰਨ ਨਾਲ ਰਿਲੇਟਡ ਐਕਸਰਸ ਨੰਬਰ 2.1 ਜਿਹੜੀ ਆ ਉਹ ਡਿਸਕਸ ਕਰਾਂਗੇ ਤੇ ਉਸ ਤੋਂ ਪਹਿਲਾਂ ਵਿੱਚੋਂ ਕਿ ਅਸੀਂ ਐਕਸਰਸਾਈਜ਼ ਸਟਾਰਟ ਕਰੀਏ ਤੁਹਾਨੂੰ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਲੀਨੀਅਰ ਇਕੁਏਸ਼ਨ ਇਨ 1 ਵੇਰੀਏਬਲ ਦਾ ਮਤਲਬ ਕੀ ਹੈ ਪ੍ਰੀਵੀਅਸ ਕਲਾਸ ਯਾਨੀ ਕਿ 7ਥ ਕਲਾਸ ਦੇ ਵਿੱਚ ਤੁਸੀਂ ਇੱਕ ਚੱਲ ਵਾਲੇ ਰੇਖੀ ਸਮੀਕਰਨਾਂ ਬਾਰੇ ਤੁਸੀਂ ਪੜ੍ਹ ਚੁੱਕੇ ਹੋ ਜਿਵੇਂ ਕਿ ਤੁਹਾਨੂੰ ਯਾਦ ਹੋਵੇਗਾ ਸਮੀਕਰਨ ਦਾ ਮਤਲਬ ਸਾਰੇ ਵਿਦਿਆਰਥੀਆਂ ਨੂੰ ਪਤਾ ਹੋਵੇਗਾ ਇਕੁਏਸ਼ਨ ਠੀਕ ਹੈ ਇਕੁਏਸ਼ਨ ਜਿਸ ਨੂੰ ਅਸੀਂ ਕੀ ਕਹਿੰਦੇ ਹਾਂ ਸਮੀਕਰਨ ਤੇ ਸਮੀਕਰਨ ਦੇ ਵਿੱਚ ਜ਼ਿਆਦਾਤਰ ਕੀ ਹੁੰਦਾ ਹੈ ਸੱਜਾ ਪਾਸਾ ਜਿਹੜਾ ਹੈ ਉਹ ਖੱਬੇ ਪਾਸੇ ਦੇ ਬਰਾਬਰ ਹੁੰਦਾ ਹੈ ਠੀਕ ਹੈ ਅੱਬਾ ਪਾਸਾ ਇਹ ਸਾਈਡ ਲਿਖਾਂਗੇ ਔਰ ਸੱਜਾ ਪਾਸਾ ਜਿਹੜਾ ਹੈ ਉਹ ਇੱਕ ਦੂਸਰੇ ਦੇ ਬਰਾਬਰ ਹੁੰਦੇ ਹਨ ਯਾਨੀ ਕਿ ਰਾਈਟ ਹੈਂਡ ਸਾਈਡ ਲੈਫਟ ਹੈਂਡ ਸਾਈਡ ਦੇ ਇਕੁਅਲ ਹੁੰਦਾ ਹੈ ਇਸ ਨੂੰ ਅਸੀਂ ਕਹਿੰਦੇ ਹਾਂ ਸਮੀਕਰਨ ਠੀਕ ਹੈ ਤੇ ਸਮੀਕਰਨ ਦੇ ਵਿੱਚ ਹੁਣ ਇੱਕ ਚੱਲ ਵਾਲੀ ਰੇਖੀ ਸਮੀਕਰਨ ਯਾਨੀ ਕਿ ਲੀਨੀਅਰ ਇਕੁਏਸ਼ਨ ਇਨ 1 ਵੇਰੀਏਬਲ ਦਾ ਮਤਲਬ ਕੀ ਹੋਏਗਾ ਕਿ ਉਹ ਇਕੁਏਸ਼ਨ ਹੈ ਜਿਸ ਵਿੱਚ ਅਲਜੈਬਰਿਕ ਐਕਸਪ੍ਰੈਸ਼ਨ ਦੇ ਵਿੱਚ ਇੱਕ ਵੇਰੀਏਬਲ ਹੋਵੇ ਯਾਨੀ ਕਿ ਇੱਕ ਚਲ ਹੋਵੇ ਜਿਵੇਂ ਕਿ ਮੈਂ ਇੱਕ ਇਕੁਏਸ਼ਨ ਲਿਖਦਾ ਇੱਥੇ 2y 5 9 ਠੀਕ ਹੈ ਤਾਂ ਇਹਦੇ ਵਿੱਚ ਜਿਹੜਾ ਵੇਰੀਏਬਲ ਹੈ ਤੁਸੀਂ ਦੇਖ ਸਕਦੇ ਹੋ ਉਹ y ਹੈ ਤੁਹਾਨੂੰ ਪਤਾ ਹੈ ਇਹ ਵੇਰੀਏਬਲ ਜਿਹੜਾ ਹੈ ਜਨਰਲੀ ਅਸੀਂ ਕਿਹਦੇ ਨਾਲ ਲਿਖਦੇ ਹਾਂ ਕੋਈ ਵੀ ਅਲਫਾਬੈਟ a ਤੋਂ ਲੈ ਕੇ z ਤੱਕ ਕੋਈ ਵੀ ਅਲਫਾਬੈਟ ਜਿਹੜਾ ਹੈ ਉਹ ਅਸੀਂ ਵੈਰੀਏਬਲ ਦੇ ਰੂਪ ਦੇ ਵਿੱਚ ਮੰਨਦੇ ਹਾਂ ਜਿਸ ਦਾ ਮੁੱਲ ਅਸੀਂ ਯਾਨੀ ਕਿ ਵੈਲਿਊ ਅਸੀਂ ਫਾਈਂਡ ਆਊਟ ਕਰਨੀ ਹੁੰਦੀ ਹੈ ਓਕੇ ਤਾਂ ਇਸ ਵਿੱਚ ਅਸੀਂ ਕੀ ਹੈ ਇਹਦੇ ਵਿੱਚ ਜਿਹੜਾ ਇਹ 2 ਹੈ ਇਹ Y ਦੇ ਨਾਲ ਲੱਗਾ ਹੋਇਆ ਹੈ ਇਸ ਕਰਕੇ ਅਸੀਂ ਇਹਨੂੰ ਇਹਦਾ ਕੀ ਹੈ ਗੁਣਾਕ ਆਖਾਂਗੇ ਠੀਕ ਹੈ Y ਦਾ ਗੁਣਾਕ ਜਿਹੜਾ ਹੈ ਉਹ ਕਿੰਨਾ ਹੈ ਗੁਣਾਕ ਯਾਨੀ ਕਿ ਉਹਦੇ ਨਾਲ ਮਲਟੀਪਲਾਈ ਹੋਇਆ ਹੈ ਠੀਕ ਹੈ ਤੇ Y ਦਾ ਗੁਣਾਕ ਇੱਥੇ 2 ਹੈ ਲੇਕਿਨ ਆ ਜਿਹੜੇ 5 ਤੇ 9 ਹਨ ਇਹਨਾਂ ਨੂੰ ਅਸੀਂ ਕਨਸਟੈਂਟ ਟਰਮ ਆਖਦੇ ਹਾਂ ਕਨਸਟੈਂਟ ਟਰਮ ਦਾ ਮਤਲਬ ਹੁੰਦਾ ਹੈ ਜੋ ਕਿ ਹੁੰਦੀ ਹੈ ਅਚਲ ਠੀਕ ਹੈ ਜੋ ਕਿ 9 9 ਆ ਤੇ 9 ਹੀ ਅਸੀਂ ਲਿਖਾਂਗੇ ਠੀਕ ਹੈ ਤੇ ਪੰਜਾਂ ਤੇ ਪੰਜ ਹੀ ਲਿਖਾਂਗੇ ਓਕੇ ਦੋ ਜਿਹੜਾ ਹੈ ਵਾਈ ਨਾਲ ਮਲਟੀਪਲ ਹੈ ਓਕੇ ਤੋਂ ਇਹਨੂੰ ਅਸੀਂ ਗੁਣਾਕ ਆਖਦੇ ਹੁੰਦੇ ਆ ਦੋ ਦੋ ਜਿਹੜਾ ਹੈ ਉਹ ਵਾਈ ਦਾ ਗੁਣਾਕ ਹੈ ਓਕੇ ਇਦਾਂ ਹੀ ਜੇ ਤੁਹਾਡੇ ਕੋਈ ਇਕੁਏਸ਼ਨ ਹੋਵੇ -2y 5 ਤੇ ਇਹਦੇ ਵਿੱਚ ਪੰਜ ਜਿਹੜਾ ਹੈ ਉਹ ਇੱਕ ਅਚਲ ਹੈ ਯਾਨੀ ਕਿ ਕਨਸਟੈਂਟ ਹੈ ਲੇਕਿਨ ਵਾਈ ਜਿਹੜਾ ਹੈ ਉਹ ਵੇਰੀਏਬਲ ਹੋਏਗਾ ਔਰ ਵਾਈ ਦੇ ਨਾਲ ਜਿਹੜਾ ਗੁਣਾਕ ਹੈ ਉਹਨੂੰ ਅਸੀਂ -2 ਅੱਖਾਂਗੇ ਠੀਕ ਹੈ ਮਤਲਬ -2 ਇਸ ਦਾ ਗੁਣਾ ਕਰ ਹੋਏਗਾ y ਦਾ ਓਕੇ ਤੇ ਅਸੀਂ ਵਿੱਚੋਂ ਹੁਣ ਕੀ ਹੈ ਇਸੇ ਐਕਸਰਸਾਈਜ਼ ਵਿੱਚ ਸਾਰੇ ਸਵਾਲ ਇਹੀ ਕਰਨੇ ਆ ਕਿ ਜੋ ਵੇਰੀਏਬਲ ਹੈ ਉਸ ਵੇਰੀਏਬਲ ਦਾ ਮੁੱਲ ਕੱਢਣਾ ਹੈ ਆਓ ਵਿਦਿਆਰਥੀਓ ਐਕਸਰਸਾਈਜ਼ ਕਰਦੇ ਹਾਂ ਇਸ ਵਿੱਚ ਪਹਿਲਾ ਸਵਾਲ ਜਿਹੜਾ ਹੈ ਯਾਨੀ ਕਿ ਐਕਸਰਸਾਈਜ਼ ਕਿਹੜੀ ਹੈ ਐਕਸਰਸਾਈਜ਼ ਨੰਬਰ 2.1 ਕਿਊ ਬੁੱਕ ਦੀ ਜਿਸ ਵਿੱਚ ਵਿੱਚੋਂ ਹੈ ਕਿ ਹੇਠਾਂ ਦਿੱਤੀਆਂ ਸਮੀਕਰਨਾਂ ਨੂੰ ਹੱਲ ਕਰੋ ਮਤਲਬ ਕਿ ਇਹ ਸਮੀਕਰਨ ਜੋ ਤੁਹਾਨੂੰ ਇਕੁਏਸ਼ਨ ਦਿੱਤੀ ਹੋਏਗੀ ਉਸ ਨੂੰ ਤੁਸੀਂ ਹੱਲ ਕਰਨਾ ਹੈ ਤੇ ਉਸ ਦੇ ਉੱਤਰ ਦੀ ਜਾਂਚ ਵੀ ਕਰਨੀ ਹੈ ਕਿ ਤੁਹਾਡਾ ਇਹ ਆਨਸਰ ਜਿਹੜਾ ਸਹੀ ਵੀ ਹੈ ਜਾਂ ਨਹੀਂ ਹੈ ਠੀਕ ਹੈ ਉਹ ਕਿਵੇਂ ਕਰਾਂਗੇ ਲਓ ਪਹਿਲਾ ਸਵਾਲ ਅਸੀਂ ਲਿਖਣ ਜਾ ਰਹੇ ਹਾਂ ਜਿਸ ਵਿੱਚ ਤੁਹਾਨੂੰ ਦਿੱਤਾ ਹੋਇਆ ਹੈ 2x 3 x 2 ਠੀਕ ਹੈ ਤਾਂ ਇਸ ਵਿੱਚ ਇਕੁਏਸ਼ਨ ਚ ਤੁਹਾਨੂੰ ਪਤਾ ਹੈ ਕਿ ਇਹ ਵਾਲੀ ਸਾਈਡ ਜਿਹੜੀ ਹੈ ਇਹਨੂੰ ਅਸੀਂ ਲੈਫਟ ਹੈਂਡ ਸਾਈਡ ਯਾਨੀ ਕਿ ਖੱਬਾ ਪਾਸਾ ਕਹਾਂਗੇ ਔਰ ਇਹ ਹੋਏਗੀ ਰਾਈਟ ਹੈਂਡ ਸਾਈਡ ਮਤਲਬ ਕਿ ਸੱਜਾ ਪਾਸਾ ਠੀਕ ਹੈ ਦੋਨੋਂ ਆਪਸ ਵਿੱਚ ਬਰਾਬਰ ਹਨ ਤੁਸੀਂ ਮੂਲ ਕਿਹਦਾ ਕੱਢਣਾ ਹੈ x ਦਾ ਮੂਲ ਕੱਢਣਾ ਹੈ ਤਾਂ x ਦਾ ਮੂਲ ਕੱਢਣ ਲਈ ਤੁਸੀਂ ਕੀ ਕਰੋਗੇ ਸਭ ਤੋਂ ਪਹਿਲਾਂ ਜਿੰਨੇ ਵੀ ਵੇਰੀਏਬਲ ਹਨ ਵੇਰੀਏਬਲ ਦਾ ਭਾਵ ਹੈ ਚੱਲ ਠੀਕ ਹੈ ਚੱਲ ਜਿਹੜੇ ਨੇ ਉਹਨਾਂ ਨੂੰ ਇੱਕ ਪਾਸੇ ਕਰਨਾ ਹੈ ਠੀਕ ਹੈ ਕੀ ਕਰਨਾ ਹੈ ਇੱਕ ਪਾਸੇ ਕਰ ਲੈਣਾ ਹੈ ਔਰ ਜਿਹੜੇ ਅਚਲ ਹਨ ਉਹਨਾਂ ਨੂੰ ਵਿੱਚੋਂ ਤੁਸੀਂ ਇੱਕ ਪਾਸੇ ਯਾਨੀ ਕਿ ਇੱਕ ਨੂੰ ਸੱਜੇ ਪਾਸੇ ਕਰ ਲਓ ਦੂਸਰੇ ਨੂੰ ਖੱਬੇ ਪਾਸੇ ਕਰ ਲਓ ਠੀਕ ਹੈ ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ 2x 3 x 2 ਹੈ ਤੁਸੀਂ ਕੀ ਕਰਨਾ ਹੈ ਜਦੋਂ ਵੀ ਮੰਨ ਲਓ ਇਹਦੇ ਵਿੱਚ ਵੇਰੀਏਬਲ ਕਿਹੜੇ ਨੇ ਇੱਕ ਹੈਗਾ 2x ਤੇ ਇੱਕ ਹੈਗਾ x ਤੋਂ ਜ਼ਿਆਦਾਤਰ ਕੋਸ਼ਿਸ਼ ਕਰਨੀ ਹੈ ਕਿ ਜਿਹੜੀ ਛੋਟੇ ਵਾਲਾ ਇਹਦਾ ਗੁਣਾਕ ਜਿਹੜਾ 1 1 ਹੈ ਤੋਂ ਮਤਲਬ ਇਹ ਛੋਟੀ ਰਕਮ ਹੋਗੀ ਛੋਟੀ ਵਾਲੇ ਨੂੰ ਤੁਸੀਂ ਕੀ ਹੈਗਾ ਉਹਨੂੰ ਵਿੱਚੋਂ ਖੱਬੇ ਪਾਸੇ ਲੈ ਕੇ ਆਣਾ ਹੈ ਔਰ ਜਿਹੜੀ ਦੂਸਰੇ ਤੁਹਾਡੇ ਕੋਲ -3 ਜਿਹੜਾ ਅਚਲ ਹੈ ਉਹਨੂੰ ਤੁਸੀਂ ਸੱਜੇ ਪਾਸੇ ਲੈ ਜਾਣਾ ਹੈ ਤਾਂ ਜਦੋਂ ਅਸੀਂ ਬੱਚੋ ਟਰਾਂਸਫਰਮੇਸ਼ਨ ਕਰਨੀ ਹੈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਬਰਾਬਰ ਦੇ ਵਾਲੇ ਦੁਆਲੇ ਮਤਲਬ ਠੀਕ ਹੈ ਤਾਂ ਹਮੇਸ਼ਾ ਸਾਈਨ ਚੇਂਜ ਕਰਨੇ ਹਨ ਕੀ ਕਰਨੇ ਹਨ ਸਾਈਨ ਚੇਂਜ ਕਰਨੇ ਹਨ ਜੇ ਜਮਾ ਦਾ ਹੈ ਤਾਂ ਬਚੂ ਘਟਾਓ ਦਾ ਹੋ ਜਾਣਾ ਹੈ ਜੇ ਘਟਾਓ ਵਾਲੀ ਵੈਲਿਊ ਨੂੰ ਤੁਸੀਂ ਦੂਸਰੇ ਪਾਸੇ ਲੈ ਕੇ ਜਾਂਦੇ ਹੋ ਜਮਾ ਦੀ ਹੋ ਜਾਣੀ ਹੈ ਜੇ ਉਹ ਹੀ ਰਕਮ ਮੰਨ ਲਓ ਤੇ ਭਾਗ ਵਾਲੀ ਹੈ ਤਾਂ ਉਹ ਗੁਣਾ ਵਿੱਚ ਬਦਲ ਜਾਣਾ ਹੈ ਸਾਈਨ ਔਰ ਜੇਕਰ ਗੁਣਾ ਵਾਲਾ ਹੈ ਤਾਂ ਉਹ ਭਾਗ ਵਿੱਚ ਬਦਲ ਜਾਣਾ ਹੈ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਹੈ ਤਾਂ ਇਹ ਸਵਾਲ ਤੁਹਾਡੇ ਕੋ ਆਰਾਮ ਨਾ ਹੋ ਜਾਣੇ ਨੇ ਤੋਂ ਇਹਦੇ ਵਿੱਚ ਹੁਣ 2x ਤੋਂ x ਨੂੰ ਦੂਸਰੀ ਸਾਈਡ ਤੇ ਲੈ ਕੇ ਗਏ ਵਿੱਚੋਂ ਮਾਈਨਸ ਦੇ x ਹੋ ਗਿਆ ਠੀਕ ਹੈ ਕਿਉਂਕਿ ਪਲੱਸ ਦੇ ਹਨ ਠੀਕ ਹੈ ਤੋਂ ਜਮਾ ਬਲੀ ਘਟਾਓ ਦੇ ਵਿੱਚ ਹੋ ਗਈ ਇਹ ਦੋ ਇੱਥੇ ਰਹਿਣਗੇ ਜਮਾ ਦੇ ਨੇ ਮਾਈਨਸ ਦੇ ਤਿੰਨ ਹਨ ਦੂਜੇ ਪਾਸੇ ਜਾਣਗੇ ਕਾਦੇ ਹੋ ਜਾਣੇ ਦੇਖੋ ਜਮਾ ਦੇ ਇਹ ਸਾਈਡ ਤੇ ਤੁਸੀਂ ਇਧਰ ਲਿਖ ਲੈਣਾ ਹੈ ਓਕੇ ਇੱਕ ਹਰ ਸਵਾਲ ਕਰਨ ਲੱਗੀ ਕਰਨਾ ਹੈ ਤੁਸੀਂ ਤੋ 2x ਦੇ ਵਿੱਚੋਂ ਹੁਣ ਜਦੋਂ x ਕੱਢੂਗੇ ਤਾਂ ਬੱਚੋਂ x ਬਰਾਬਰ ਹੋਇਆ ਤੇ 2 3 ਕਿੰਨੇ ਹੋ ਗਏ 5 ਤੇ ਤੋ x ਦੀ ਵੈਲਿਊ ਜਿਹੜੀ ਹੈ ਕਿੰਨੇ ਬਰਾਬਰ ਆ ਗਈ 5 ਦੇ ਬਰਾਬਰ ਆ ਗਈ ਠੀਕ ਹੈ ਤੋ x ਦਾ ਮੁੱਲ ਹੁਣ 5 ਆਇਆ ਇਹਦੀ ਹੁਣ ਤੁਸੀਂ ਕਰਨੀ ਹੈ ਪੜਤਾਲ ਯਾਨੀ ਕਿ ਇਹਦੀ ਦੇਖਣਾ ਹੈ ਕਿ ਕੀ ਇਹ ਅਸੀਂ ਸਮੀਕਰਨ ਇਹ ਇਹ ਅਸੀਂ ਇਹਦੇ ਵਿੱਚ ਇਸ ਸਮੀਕਰਨ ਦੇ ਵਿੱਚ ਭਰਾਂਗੇ ਕਿ ਸੱਜਾ ਪਾਸਾ ਖੱਬੇ ਪਾਸੇ ਦੇ ਬਰਾਬਰ ਵੀ ਆਉਂਦਾ ਹੈ ਕਿ ਨਹੀਂ ਠੀਕ ਹੈ ਤੋ ਉੱਥੇ ਹੁਣ ਤੁਸੀਂ ਲਿਖੋਗੇ ਕਿ x ਦਾ ਮੁੱਲ ਬਰਾਬਰ 5 ਪਰੰਤੇ ਠੀਕ ਹੈ ਓਕੇ ਪਰੰਤੇ ਯਾਨੀ ਕਿ ਸਬਸਟੀਟਿਊਟ ਕਰਨਾ ਹੈ x equal to 5 ਇਨ ਇਕੁਏਸ਼ਨ ਇਕੁਏਸ਼ਨ ਦਾ ਜਿਹੜਾ ਰਾਈਟ ਲੈਫਟ ਹੈਂਡ ਸਾਈਡ ਹੈ ਉਹ ਸਾਡੇ ਕੋਲ ਹੈਗੀ 2x ਦੇ 3 ਇਹ ਨਾਲ ਹੀ ਕਰਨਾ ਹੈ ਤਾਂ 2 ਗੁਣਾ 2 ਦੀ ਗੁਣਾ ਹੈ x ਨਾਲ ਤਾਂ x ਦਾ ਮੁੱਲ ਕਿੰਨਾ ਹੈ 5 ਦੇ 3 ਹੁਣ ਤੁਹਾਨੂੰ ਬੋਡਮਾਸ ਯਾਦ ਰੱਖਣਾ ਹੈ ਬੋਡਮਾਸ ਠੀਕ ਹੈ ਉਹਦੇ ਅਕੋਰਡਿੰਗਲੀ ਬ੍ਰੈਕਟ ਪਹਿਲਾਂ ਸੋਲਵ ਹੁੰਦੀ ਹੈ ਫਿਰ ਉਸ ਤੋਂ ਆ ਡਿਵੀਜ਼ਨ ਕਰਦੇ ਹਾਂ ਫਿਰ ਮਲਟੀਪਲੀਕੇਸ਼ਨ ਫਿਰ ਐਡੀਸ਼ਨ ਫਿਰ ਸਬਟ੍ਰੈਕਸ਼ਨ ਇਹਦੇ ਵਿੱਚ ਮਲਟੀਪਲੀਕੇਸ਼ਨ ਦਾ ਸਾਈਨ ਆ ਰਿਹਾ ਬ੍ਰੈਕਟ ਨੂੰ ਇਹਨੂੰ ਸੋਲਵ ਕਰੋ 5 ਨੂੰ 2 ਕਿੰਨੇ ਆ ਗਿਆ 10 10 3 ਹੋ ਗਿਆ ਬੱਚੋ 7 ਦੇ ਬਰਾਬਰ ਠੀਕ ਹੈ ਉਸ ਤੋਂ ਬਾਅਦ ਵਿਦਿਆਰਥੀਆਂ ਨਾਲ ਹੀ ਤੁਸੀਂ ਲਿਖਣਾ ਹੈ ਖੱਬਾ ਪਾਸਾ ਹੋ ਗਿਆ ਸੌਰੀ ਰਾਈਟ ਹੈਂਡ ਸਾਈਡ ਹੋਣ ਠੀਕ ਹੈ ਰਾਈਟ ਹੈਂਡ ਸਾਈਡ ਯਾਨੀ ਕਿ ਸੱਜਾ ਪਾਸਾ ਜੋ ਹੋਏਗਾ ਕਿ ਦੇ ਬਰਾਬਰ ਹੈ x 2 ਦੇ ਬਰਾਬਰ ਸੋ ਇੱਥੇ x ਦਾ ਮੁੱਲ 5 ਭਰਨ ਤੇ ਜਦੋਂ ਤੁਸੀਂ ਭਰੋਗੇ ਤਾਂ 5 2 ਕਿੰਨੇ ਹੋ ਗਿਆ 7 ਇਟ ਮੀਨਸ ਇੱਥੇ ਦੋਵੇਂ ਪਾਸੇ ਯਾਨੀ ਕਿ ਲੈਫਟ ਹੈਂਡ ਸਾਈਡ ਜਿਹੜਾ ਹੈ ਰਾਈਟ ਹੈਂਡ ਸਾਈਡ ਦੇ ਬਰਾਬਰ ਆ ਰਿਹਾ ਇਹਦਾ ਮਤਲਬ ਸਾਡਾ ਉੱਤਰ ਵੀ ਸਹੀ ਹੈ ਉਹ ਇਹਦਾ ਮਤਲਬ ਸਾਡਾ ਉੱਤਰ ਜਿਹੜਾ ਹੈ ਉਹ ਕੀ ਹੈ ਠੀਕ ਹੈ ਓਕੇ ਤੋਂ ਇਸ ਤਰ੍ਹਾਂ ਬੱਚੋ ਅਸੀਂ ਪਹਿਲਾ ਸਵਾਲ ਕੀਤਾ ਇਦਾਂ ਦੇ ਬਾਕੀ ਸਾਮ ਹਨ ਮੈਂ ਇਹ ਡਿਟੇਲ ਵਿੱਚ ਕਰਾਤਾ ਬਿਲਕੁਲ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਸਮਝ ਲਓ ਉਸ ਤੋਂ ਬਾਅਦ ਅਗਲੇ ਸਵਾਲ ਹੁਣ ਤੁਸੀਂ ਆਪ ਕਰਨੇ ਹਨ ਨਾਲ ਹੀ ਮੈਂ ਕਰਵਾਉਂਗਾ ਪਰ ਉਹ ਚੰਗੀ ਤਰ੍ਹਾਂ ਕਰਨੇ ਹਨ ਓਕੇ ਗੁੱਡ ਈਅਰ ਸਟੂਡੈਂਟ ਇਹ ਸਾਡਾ ਫਰਸਟ ਸਮ ਸੀ ਹੁਣ ਅਸੀਂ ਸੈਕਿੰਡ ਸਮ ਜਿਹੜਾ ਹੈ ਉਹ ਕਰਨ ਜਾ ਰਹੇ ਹਾਂ ਸੈਕਿੰਡ ਵੀ ਕੁਝ ਇਸੇ ਤਰੀਕੇ ਦਾ ਹੀ ਹੈ ਜਿਸ ਵਿੱਚ ਵਿੱਚੋਂ ਤੁਸੀਂ ਦੇਖ ਸਕਦੇ ਹੋ ਸੈਕਿੰਡ ਸਮ 'ਚ ਵੈਲਿਊ ਕੀ ਹੈ ਮਾਈਨਸ 5x ਆ ਸੌਰੀ ਪਲੱਸ ਦੇ 5x 6 2x 9 ਠੀਕ ਹੈ 2x 9 ਤੋਂ ਹੁਣ ਇਹਦੇ ਵਿੱਚ ਕੀ ਕਰਾਂਗੇ ਜਦੋਂ ਤੁਸੀਂ ਇਹਨੂੰ ਹੱਲ ਕਰਨਾ ਹੈ ਤਾਂ ਤੁਹਾਨੂੰ ਹੁਣ ਮੈਂ ਤਰੀਕਾ ਦੱਸ ਹੀ ਦਿੱਤਾ ਕਿ 2x ਜਿਹੜਾ ਹੈ ਇਹ ਵੇਰੀਏਬਲ ਹੈ ਇਹਨੂੰ ਅੰਡਰਲਾਈਨ ਕਰ ਲਓ ਜ਼ਿਆਦਾ ਵਧੀਆ ਹੈ ਤੋ 2a 5x ਦੇ ਵਿੱਚੋਂ ਹੁਣ ਆ ਕਿ 2x ਨੂੰ ਦੂਸਰੀ ਸਾਈਡ ਲੈ ਜਾਣਾ ਇਹ ਜਮ੍ਹਾਂ ਦੇ ਹਨ ਇਹ ਆਟੋਮੈਟਿਕਲੀ ਹੁਣ ਕਾਦੇ ਹੋ ਗਏ ਘਟਾਓ ਦੇ ਠੀਕ ਹੈ 9 ਨੂੰ ਇੱਥੇ ਲਿਖ ਦਿੱਤਾ ਆ ਜਿਹੜਾ 6 ਹੈ ਮਾਈਨਸ ਦੇ ਇਹਨੂੰ ਤੁਸੀਂ ਦੂਸਰੇ ਪਾਸੇ ਲੈ ਜਾਣਾ ਹੈ ਮਾਈਨਸ ਦੇ ਆ ਤੇ ਪਲੱਸ ਦੇ ਹੋ ਗਏ ਤਾਂ 9 6 ਕਿੰਨੇ ਹੋ ਗਿਆ ਬੱਚੋ 15 ਔਰ ਇਧਰ 3x 2x ਕਿਹਦੇ ਬਰਾਬਰ ਆ ਗਿਆ ਸੌਰੀ 5x 2x ਕਿਹਦੇ ਬਰਾਬਰ ਆ ਗਿਆ 3x ਦੇ ਠੀਕ ਹੈ ਤੋ ਇਥੋਂ x ਦਾ ਮੁੱਲ ਕਿੰਨਾ ਆਇਆ ਹੁਣ ਦੇਖੋ 3 ਦੀ x ਨਾ ਮੈਂ ਤੁਹਾਨੂੰ ਦੱਸਿਆ ਸੀ ਕਿ 3x ਤੋਂ ਕੀ ਭਾਵ ਹੁੰਦਾ ਹੈ 3 ਦੀ x ਦੇ ਨਾਲ ਗੁਣਾ ਠੀਕ ਹੈ ਤਾਂ ਹੁਣ ਗੁਣਾ ਵਾਲੀ ਵੈਲਿਊ ਨੂੰ ਜਦੋਂ ਤੁਸੀਂ ਦੂਸਰੇ ਪਾਸੇ ਲਿਜਾਉਂਗੇ ਤਾਂ ਉਹ ਓਬਵੀਅਸ ਆ ਫਿਰ ਭਾਗ ਦੀ ਹੋਏਗੀ ਸੋ ਇਹ ਭਾਗ ਦਾ ਹੋ ਗਿਆ 15 3 ਆ ਗਿਆ ਠੀਕ ਹੈ ਤਾਂ 15 3 ਮਤਲਬ ਕਿ ਇਹ ਦੇ ਬਰਾਬਰ ਆ ਗਿਆ ਜੀ 5 ਦੇ ਬਰਾਬਰ ਤਾਂ ਇਹਦਾ ਆਨਸਰ ਕਿੰਨਾ ਆਇਆ 5 x ਦਾ ਮੂਲ 5 ਆ ਚੁੱਕਾ ਹੈ ਹੁਣ ਤੁਸੀਂ ਕੀ ਕਰਨਾ ਹੈ ਇਹਦੀ ਪਰਤਾਲ ਕਰਨੀ ਹੈ ਸੋ ਜਾਂਚ ਜਿਹਨੂੰ ਕਹਿੰਨੇ ਆਪਾਂ ਪਰਤਾਲ ਕਿਵੇਂ ਕਰਦੇ ਹਾਂ ਜਾਂ ਜਾਂਚ ਕਿਵੇਂ ਕਰਦੇ ਹਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਲਿਖੂਗੇ ਤੁਸੀਂ ਇੱਥੇ نیچے ਲਿਖ ਲੈਣਾ ਮੇਰੇ ਕੋਲ ਸਪੇਸ ਜ਼ਿਆਦਾ ਹੈ ਮੈਂ ਇੱਧਰ ਕਰਨ ਲੱਗਾ ਠੀਕ ਹੈ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਲਿਖੂਗੇ ਲੈਫਟ ਹੈਂਡ ਸਾਈਡ ਪਹਿਲਾਂ ਤੁਸੀਂ ਇੱਥੇ ਕੀ ਲਿਖਣਾ ਹੈ ਕਿ x 5 ਠੀਕ ਹੈ ਦਿੱਤੀ ਸਮੀਕਰਨ ਵਿੱਚ ਦਿੱਤੀ ਸਮੀਕਰਨ ਇਦਾਂ ਲਿਖ ਲੈਣਾ ਉੱਪਰ ਵਾਲੇ ਵਿੱਚ ਵੀ ਇਦੀ ਲਿਖ ਲਿਓ ਦਿੱਤੀ ਸਮੀਕਰਨ ਵਿੱਚ ਭਰਨ ਸੀ ਠੀਕ ਹੈ ਤੋਂ ਇਦਾਂ ਤੁਸੀਂ ਫਿਰ ਇਹ ਇੱਥੇ ਜਿਹੜੀ ਆ ਤੁਹਾਡੇ ਕੋਲ ਜਗਾ ਹੋਏਗੀ ਉੱਥੇ ਇਦਾਂ ਲਾਈਨ ਲਗਾ ਲੈਣੀ ਹੈ ਜਿਹਦੇ ਵਿੱਚ ਲੈਫਟ ਹੈਂਡ ਸਾਈਡ ਯਾਨੀ ਕਿ ਖੱਬਾ ਪਾਸਾ ਤੁਸੀਂ ਲਿਖੂਗੇ ਜੋ ਕਿ ਇਹਦੇ ਬਰਾਬਰ ਸੀ 5x 6 ਦੇ ਇਹਦੇ ਵਿੱਚ x ਦਾ ਮੁੱਲ ਕਿੰਨਾ ਪਰਿਆ ਸੀ 5 ਠੀਕ ਹੈ ਤੋਂ ਪਹਿਲਾਂ ਇਹਦੀ ਗੁਣਾ ਕਰ ਦੇਣੀ 5 ਨੂੰ 5 ਕਿੰਨੇ ਹੋ ਗਿਆ ਜੀ 25 25 6 ਕਿਹਦੇ ਬਰਾਬਰ ਆ ਗਿਆ 19 ਰੇ ਠੀਕ ਹੈ ਹੁਣ ਤੁਸੀਂ ਕੀ ਕਰਨਾ ਹੈ ਰਾਈਟ ਹੈਂਡ ਸਾਈਡ ਰਾਈਟ ਹੈਂਡ ਸਾਈਡ ਵਿੱਚ ਦੇਖੋ ਕੀ ਹੈ 2x 9 2 x ਦਾ ਮੁੱਲ ਕਿੰਨਾ ਹੈ 5 ਭਰਿਆ ਤਾਂ 5 2 ਕਿੰਨੇ ਹੋਗਾ ਬੋਡਮਾਸ ਅਕੋਰਡਿੰਗਲੀ ਪਹਿਲਾਂ ਮਲਟੀਪਲਾਈ ਹੋਣਾ ਹੈ ਤਾਂ 5 2 ਕਿੰਨੇ ਹੋਗਾ ਇਹ ਨਹੀਂ ਕਰਨਾ ਕਿ 5 ਦੀ ਪਹਿਲਾਂ ਤੁਸੀਂ 9 ਨਾਲ ਜਮਾ ਕਰ ਦਿੱਤੀ 9 ਇੱਥੇ ਬੋਡਮਾਸ ਅਪਲਾਈ ਕਰਨਾ ਹੈ ਬੋਡਮਾਸ ਦਾ ਮਤਲਬ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਬ੍ਰੈਕਟ ਹੱਲ ਕਰਨੀ ਫਿਰ ਡਿਵੀਜ਼ਨ ਕਰਨੀ ਹੁੰਦੀ ਹੈ ਫਿਰ ਮਲਟੀਪਲੀਕੇਸ਼ਨ ਫਿਰ ਐਡੀਸ਼ਨ ਫਿਰ ਸਬਟ੍ਰੈਕਸ਼ਨ ਤਾਂ ਇੱਥੇ ਪਹਿਲਾਂ ਮਲਟੀਪਲੀਕੇਸ਼ਨ ਦੇਖੋ ਨਾ ਹੀ ਡਿਵੀਜ਼ਨ ਹੈ ਨਾ ਬ੍ਰੈਕਟ ਹੈ ਤੋ ਸਿੱਧੀ ਗੁਣਾ ਅਰੀਤ ਗੁਣਾ ਪਹਿਲਾਂ ਕੀਤੀ 5 2 10 10 9 ਕਿੰਨੇ ਹੋ ਗਏ 19 ਦੇ ਬਰਾਬਰ ਆ ਗਿਆ ਇਟ ਮੀਨਸ ਖੱਬਾ ਪਾਸਾ ਜਿਹੜਾ ਹੈ ਉਹ ਸੱਜੇ ਪਾਸੇ ਦੇ ਬਰਾਬਰ ਹੈ ਤੋ x ਦਾ ਮੁੱਲ 5 ਸਾਡੀ ਸਮੀਕਰਨ ਦੇ ਲਈ ਸਹੀ ਆਨਸਰ ਹੈ ਓਕੇ ਤੋ this is how you will solve this ਸੈਕਿੰਡ ਕੁਐਸ਼ਨ ਠੀਕ ਹੈ ਤੋ ਇੱਥੇ ਤੁਸੀਂ ਲੇ ਲੈਣਾ ਕਿ ਥੱਲੇ ਲਿਖ ਦਿਓ ਲੈਫਟ ਹੈਂਡ ਸਾਈਡ ਰਾਈਟ ਹੈਂਡ ਸਾਈਡ ਠੀਕ ਹੈ ਤੋ ਸਮੀਕਰਨ ਦੀ ਜਾਂਚ ਜਿਹੜੀ ਆ ਉਹ ਸਹੀ ਹੋਈ ਸਾਡਾ ਆਨਸਰ ਜਿਹੜਾ ਹੈ वो उत्तर सही है नाल तुम्हें लिख देना कि उत्तर की है उत्तर सही है ओके सो दिस इज सैकेंड साम इस तरह करना है अगला बच्चों पिछली सम करा हूँ इस बात सो नैक्सट पिछा सम नंबर थ्री इस विच की है फाइव ए माइनस दे तीन बराबर तीन ए माइनस दे तो पहला पहलूंगे तीन ए नीं दूसरे पास लैके जाना ਤੋ ਇਹ ਜਮਾ ਦੇ ਹਨ ਇਹ ਘਟਾਓ ਦੇ ਹੋ ਜਾਣਗੇ ਤੇ ਜਿਹੜਾ 3 ਹੈ ਮਾਈਨਸ ਦਾ ਇਹਨੂੰ ਤੁਸੀਂ ਦੂਸਰੇ ਪਾਸੇ ਲੈ ਕੇ ਜਾਓਗੇ ਇਹ ਜਮਾ ਦਾ ਹੋ ਜਾਊਗਾ ਸਾਈਨ ਚੇਂਜ ਹੋ ਜਾਣਗੇ ਸਾਈਨ ਚੇਂਜ ਦਾ ਧਿਆਨ ਉਹੀ ਚੀਜ਼ ਸੇਮ ਰੱਖਣਾ ਹੈ ਤੁਹਾਨੂੰ ਦੱਸਿਆ ਸੀ ਹੁਣੇ ਠੀਕ ਹੈ ਇਹ ਵਾਲਾ ਇਹ ਕਨਸੈਪਟ ਸਾਰਿਆਂ ਨੂੰ ਪਤਾ ਹੋਵੇ ਓਕੇ ਸਾਈਨ ਚੇਂਜ ਦਾ ਤੋ 5a 10a ਕਿੰਨਾ ਬਣ ਗਿਆ 2a ਹੁਣ ਇੱਥੇ ਇੱਕ ਪਲੱਸ ਦਾ ਹੈ ਇੱਕ ਮਾਈਨਸ ਦਾ ਪਲੱਸ ਮਾਈਨਸ ਤੁਹਾਨੂੰ ਪਤਾ ਹੈ ਮਾਈਨਸ ਹੁੰਦੇ ਹਨ ਠੀਕ ਹੈ ਪਲੱਸ ਮਾਈਨਸ ਕੀ ਹੁੰਦੇ ਹਨ ਮਾਈਨਸ ਹੁੰਦੇ ਹਨ ਠੀਕ ਹੈ ਤੋ a ਬਣ ਗਿਆ ਬੱਚੋ 5 ਚੋਂ 3 ਗੱਡੇ 2 ਤੇ sin ਵੱਡੀ ਵੈਲਿਊ ਦਾ ਜੋ ਕਿ ਮਾਈਨਸ ਦਾ ਆਇਆ ਤੋ ਇਹਦਾ ਮਤਲਬ 2 ਦੀ ਹੁਣ a ਨਾਲ ਗੁਣਾ ਹੈ ਤੇ ਜੇਕਰ ਗੁਣਾ ਹੈ ਇਹ ਦੂਜੇ ਪਾਸੇ ਭਾਗ ਦਾ ਹੋ ਜਾਊਗਾ ਤੇ ਇੱਥੇ ਮਾਈਨਸ ਦਾ 1 ਆਨਸਰ ਆਊਗਾ ਯਾਨੀ ਕਿ a ਦਾ ਮੁੱਲ ਆਇਆ ਮਾਈਨਸ ਦੇ 1 ਠੀਕ ਹੈ a ਦਾ ਮੁੱਲ ਕਿੰਨਾ ਆਇਆ ਮਾਈਨਸ ਦਾ 1 ਸੋ ਬੱਚੋ x ਦਾ ਮੁੱਲ ਜਿਹੜਾ ਹੈ ਇੱਥੇ sorry a ਦੀ ਵੈਲਿਊ ਜਿਹੜੀ ਹੈ ਉਹ ਕਿੰਨੀ ਆਈ ਹੈ ਮਾਈਨਸ ਦੇ 1 ਠੀਕ ਹੈ ਤੋ ਹੁਣ ਅਸੀਂ ਕੀ ਕਰਾਂਗੇ ਹੁਣ ਇਹਦੇ ਵਿੱਚ ਅੱਗੇ ਤੁਸੀਂ ਲਿਖਣਾ ਕੀ ਹੈ ਕਿ x a -1 ਦਿੱਤੀ ਹੋਈ ਸਮੀਕਰਨ ਵਿੱਚ ਭਰੋ ਠੀਕ ਹੈ ਜਾਂ ਭਰਨ ਤੇ ਤਾਂ ਇੱਥੇ ਕੀ ਲਿਖਣਾ ਹੈ ਦਿੱਤੀ ਹੋਈ ਸਮੀਕਰਨ ਅਨੀ ਕਿ ਗਿਵਨ ਇਕੁਏਸ਼ਨ ਦੇ ਵਿੱਚ ਠੀਕ ਹੈ ਭਰਨ ਤੇ ਭਰਨ ਤੇ ਓਕੇ ਉਹ ਭਰਨ ਤੇ ਸਾਨੂੰ ਇਹ ਆ ਲੈਫਟ ਹੈਂਡ ਸਾਈਡ ਹੁਣ ਲੈਫਟ ਹੈਂਡ ਸਾਈਡ ਕਿਹਦੇ ਬਰਾਬਰ ਸੀ ਦੇਖੋ ਲੈਫਟ ਹੈਂਡ ਸਾਈਡ ਇਹਦੇ ਵਿੱਚ ਸੀ -a ਸੌਰੀ 5a ਦੇ 3 5 a ਦੀ ਵੈਲਿਊ -1 ਪੁੱਟ ਕੀਤੀ ਤੋਂ 3 ਦੀ 5 ਦੀ 1 ਨਾਲ ਗੁਣਾ ਹੋਈ ਹੈ ਦੇ 5 ਆਏ -3 ਨਾਲ ਹੈ ਹੁਣ ਤੁਹਾਨੂੰ ਪਤਾ ਪਲੱਸ ਹੁੰਦੇ ਹਨ ਠੀਕ ਹੈ sin ਵੱਡੀ ਵੈਲਿਊ ਦਾ ਤੋਂ ਇਹ ਆ ਗਿਆ ਦੇ 8 ਓਕੇ ਉਸ ਤੋਂ ਬਾਅਦ ਨੈਕਸਟ ਹੈਗਾ ਰਾਈਟ ਹੈਂਡ ਸਾਈਡ ਰਾਈਟ ਹੈਂਡ ਸਾਈਡ ਦੇ ਵਿੱਚ ਕੀ ਹੈ 3a 5 3 a ਦੀ ਵੈਲਿਊ -1 ਆ ਗਈ ਦੇ 5 3 1 3 -5 -3 ਐਡ ਹੋ ਗਿਆ ਤੋ ਇਹ ਵੀ ਆ ਗਿਆ ਮਾਈਨਸ ਦੇ 8 ਇਸ ਦਾ ਮਤਲਬ ਦੋਵੇਂ ਪਾਸੇ ਅਸੀਂ ਕੀ ਲਿਖਾਂਗੇ ਕਿ ਲੈਫਟ ਹੈਂਡ ਸਾਈਡ ਜਿਹੜੀ ਹੈ ਉਹ ਰਾਈਟ ਹੈਂਡ ਸਾਈਡ ਦੇ ਕੀ ਆ ਰਹੀ ਹੈ ਬਰਾਬਰ ਆ ਰਹੀ ਹੈ ਜੀ ਠੀਕ ਹੈ ਸੋ ਇਟ ਮੀਨਸ ਉੱਤਰ ਸਹੀ ਹੈ ਬਾਸ ਤੁਸੀਂ ਨਾ ਲਿਖਣਾ ਹੋਰ ਕਰਾਂ ਦੀ ਲੋੜ ਨਹੀਂ ਕੁਝ ਉੱਤਰ ਸਹੀ ਹੈ ਤੋ ਪੜਤਾਲ ਹੋ ਗਈ ਇੱਥੇ ਇਹ ਜ਼ਰੂਰ ਲਿਖ ਦੇਣਾ ਨਾਲ ਪੜਤਾਲ ਜਾਂ ਫਿਰ ਜਾਂਚ ਠੀਕ ਹੈ ਜਿੱਦਾਂ ਵੀ ਤੁਸੀਂ ਚਾਹੁੰਦੇ ਹੋ ਪੜਤਾਲ ਲਿਖਣਾ ਜਾਂ ਫਿਰ ਜਾਂਚ ਠੀਕ ਹੈ ਤੋ ਵੈਰੀਫਾਈ ਵੈਰੀਫਾਈ ਇੰਗਲਿਸ਼ ਦੇ ਵਿੱਚ ਆਪਾਂ ਲਈਦੇ ਆ ਵੈਰੀਫਾਈ ਓਕੇ ਵੈਰੀਫਾਈ ਥਰਡ ਕੁਐਸਚਨ ਹੋ ਗਿਆ ਉਸ ਤੋਂ ਬਾਅਦ ਅਸੀਂ ਫੋਰਥ ਕੁਐਸਚਨ ਜਿਹੜਾ ਆ ਉਹ ਅਸੀਂ ਹੁਣ ਕਰਾਂਗੇ ਤੋ ਡੀਅਰ ਸਟੂਡੈਂਟਸ ਸਾਡਾ ਨੈਕਸਟ ਸਮ ਜਿਹੜਾ ਹੈ ਸਮ ਨੰਬਰ 4 ਇਹਦੇ ਵਿੱਚ ਅਗੇਨ 5x 9 5 3x ਠੀਕ ਹੈ ਤੋ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਵੇਰੀਏਬਲ ਦੇਖੋ ਕਿਹੜਾ ਐ x ਹੈ ਤੋ ਉਹਦੇ ਨਾਲ ਜਿਹੜੇ ਇਹ ਵੀ ਮਲਟੀਪਲ ਹਨ ਜਿਹਦਾ 5x ਨਾਲ ਗੁਣਾ ਹੈ 5x 3x ਨੂੰ ਸੇਮ ਵੇਰੀਏਬਲ ਨੂੰ ਦੂਸਰੀ ਸਾਈਡ ਲੈ ਗਏ ਜਮਾ ਦੇ ਸੀ ਘਟਾਓ ਦੇ ਹੋ ਗਏ ਤੇ 5 ਨੂੰ ਇੱਧਰ ਹੀ ਰਹਿਣ ਤਾਂ ਖੱਬੇ ਸੱਜੇ ਪਾਸੇ ਔਰ ਖੱਬੇ ਪਾਸੇ ਜਿਹੜਾ 9 ਹੈ ਇਹਨੂੰ ਤੁਸੀਂ ਸੱਜੇ ਪਾਸੇ ਲਾਏ ਜਮਾ ਦੇ ਕੋਣ ਕਰਕੇ ਦੂਜੇ ਪਾਸੇ ਘਟਾਓ ਦੇ ਹੋ ਜਾਣਗੇ ਤੋ 5x ਦੇ ਵਿੱਚੋਂ 3x ਦੇਖੋ ਲਾਈਕ ਟਰਮ ਹਮੇਸ਼ਾ ਲਾਈਕ ਤੋਂ ਮਾਈਨਸ ਹੁੰਦੀ ਹੈ x ਵਾਲੀ ਨੂੰ ਹੀ x ਵਾਲੀ ਚੋਂ ਮਾਈਨਸ ਕਰ ਸਕਦੇ ਤੁਸੀਂ ਠੀਕ ਹੈ ਇਹ ਨਹੀਂ ਕਿ x ਦੇ 5x ਦੇ ਵਿੱਚੋਂ ਤੁਸੀਂ 5 ਮਾਈਨਸ ਕਰੀ ਜਾਓ ਇਦਾਂ ਨਹੀਂ ਹੋਣਾ ਹੈ ਠੀਕ ਹੈ x ਵਾਲੀ ਨੂੰ ਹੀ x ਵਿੱਚੋਂ ਜਾਂ y ਵਾਲੀ ਨੂੰ ਹੀ y ਵਿੱਚੋਂ ਮਾਈਨਸ ਕਰਨਾ ਹੈ ਓਕੇ ਇਦਾਂ ਨਹੀਂ ਕਿ x ਵਾਲੀ ਹੈ ਇੱਕ ਪਾਸੇ x ਲਿਖਿਆ ਦੂਜੇ ਪਾਸੇ ਇੱਥੇ 5 ਲਿਖਿਆ ਤਾਂ 5x ਤੁਸੀਂ ਇਦਾਂ ਲੈ ਦੋ ਕਿ 5x 5 0 ਆ ਗਿਆ ਕਿ 5ਾਂ ਚੋਂ 5 ਕੱਢੇ 0 ਹੋ ਗਿਆ ਨੋ ਏ ਥਿਸ ਇਜ਼ ਰੋਂਗ ਠੀਕ ਹੈ ਹਮੇਸ਼ਾ ਤੁਸੀਂ 5x ਦੇ ਵਿੱਚੋਂ ਹੀ ਕੀ ਕਿਹੜਾ ਚੀਜ਼ ਮਾਈਨਸ ਕਰਦੇ ਹੋ ਜਿਹੜੀ ਜਿਹਦੇ ਨਾਲ x ਲੱਗੀ ਹੋਵੇ ਜੇ ਇਹਦੇ ਨਾਲ x ਲੱਗਾ ਹੈ ਤੇ ਦੂਜੇ ਪਾਸੇ ਵੀ x ਹੋਣਾ ਚਾਹੀਦਾ ਜੇ ਇੱਥੇ a ਹੈ ਤਾਂ ਇੱਥੇ ਵੀ a ਹੋਣਾ ਚਾਹੀਦਾ ਤਾਂ ਹੀ ਤੁਸੀਂ ਇਹਨੂੰ ਪਲੱਸ ਮਾਈਨਸ ਕਰ ਸਕਦੇ ਹੋ ਓਕੇ ਅਦਰਵਾਈਜ਼ ਨਹੀਂ ਕਿ ਹਾਂ ਵੀ ਇਹ 5x ਹੈਗਾ ਤੇ 5x ਉਹ ਹੀ 4 ਮਾਈਨਸ ਕਰ ਦਈਏ ਇਦਾਂ ਨਹੀਂ ਹੋਣਾ ਹੈ 5x ਦੇ ਵਿੱਚੋਂ 4 ਉਦੋਂ ਹੀ ਮਾਈਨਸ ਹੋਣੇ ਜੇ ਉਹਦੇ ਨਾਲ x ਵੀ ਲੱਗਾ ਹੈ ਤਾਂ 5 ਦੇ ਵਿੱਚੋਂ 4 ਕੱਢੇ ਫਿਰ ਉਹ 1x ਬਚਿਆ ਗੱਗਾ ਪਤਾ ਐਕਸ ਵਾਈ ਦਾ ਝਗੜਾ ਜਿਹੜਾ ਆ ਇਹ ਬਹੁਤ ਸਮੇਂ ਤੋਂ ਚੱਲਦਾ ਆ ਰਿਹਾ ਬੱਚਿਆਂ ਨੂੰ ਅੱਧੇ ਆਉਂਦਾ ਇਹ ਜ਼ਿੰਦਗੀ ਭਰ ਸਮਝ ਹੀ ਨਹੀਂ ਆਉਂਦਾ ਵੀ ਹੋਇਆ ਕੀ ਠੀਕ ਹੈ ਤੋਂ ਹਮੇਸ਼ਾ ਤੁਹਾਨੂੰ ਪਤਾ ਹੈ ਜੇ ਅਸੀਂ ਤੇਲ ਤੇਲ ਮੰਨ ਲਓ ਆਇਲ ਹੈ ਤਾਂ ਆਇਲ ਨੂੰ ਆਇਲ ਵਿੱਚ ਹੀ ਮਿਕਸ ਕਰ ਸਕਦੇ ਆ ਸਰੋਂ ਦਾ ਤੇਲ ਤੁਸੀਂ ਪਾਣੀ ਵਿੱਚ ਮਿਕਸ ਨਹੀਂ ਕਰ ਸਕਦੇ ਕਿਉਂਕਿ ਉਹ ਸੇਮ ਨਹੀਂ ਹਨ ਠੀਕ ਹੈ ਲਾਈਕ ਨਹੀਂ ਹਨ ਲਾਈਕ ਮਤਲਬ ਇੱਕੋ ਜਿਹੇ ਨਹੀਂ ਹਨ ਜੇ ਇੱਕੋ ਜਿਹੇ ਹੋਣਗੇ ਉੱਥੇ ਹੀ ਤੁਸੀਂ ਆਪਰੇਸ਼ਨ ਅਪਲਾਈ ਕਰੋਗੇ ਤੋਂ 5x 3x ਆ ਗਿਆ ਜੀ 2x ਤੇ 5 ਜਮਾ ਦੇ ਨੇ 4 ਮਾਈਨਸ ਦੇ ਨੇ 9 ਚੋ ਸੌਰੀ 9 ਮਾਈਨਸ ਦੇ ਨੇ 9 ਚੋ ਤੁਸੀਂ 5 ਮਾਈਨਸ ਕੀਤੇ ਤਾਂ ਤੁਹਾਨੂੰ 4 ਪ੍ਰਾਪਤ ਹੋਇਆ ਜੋ ਕਿ ਮਾਈਨਸ ਦਾ ਆਏਗਾ ਠੀਕ ਹੈ ਤਾਂ 9 ਚੋ 5 ਮਾਈਨਸ ਕਰ ਦੇਣੇ 9 ਚੋ 5 ਮਾਈਨਸ ਕਰਨ ਦੇ 4 ਹੋਊਗਾ 4 ਦੇ ਨਾਲ ਸਾਈਨ ਆਣਾ ਵੱਡੀ ਵੈਲਿਊ ਦਾ ਇਹ ਬੜਾ ਧਿਆਨ ਰੱਖਣ ਵਾਲੀ ਗੱਲ ਹੈ ਮਾਈਨਸ ਦੇ 4 ਆਣੇ ਨਾ ਕਿ ਜਮਾ ਦੇ 4 ਕੋਈ ਆਮ ਤੌਰ ਤੇ ਬੱਚੇ ਮਾਈਨਸ ਦੇ ਕਰ ਜਾਂਦੇ ਨੇ ਪਲੱਸ ਦੇ ਕਰ ਜਾਂਦੇ ਨੇ ਸੋ 4 ਹੁਣ ਦੇਖੋ 2 ਦੀ x ਨਾਲ ਗੁਣਾ ਹੈ ਇਹ ਤੁਹਾਨੂੰ ਦੱਸਿਆ ਹੋਇਆ ਤੋ ਗੁਣਾ ਵਾਲੀ ਨਿਸ਼ਾਨ ਜਦੋਂ ਦੂਜੇ ਪਾਸੇ ਜਾਏਗਾ ਉਹ ਵੈਲਿਊ ਭਾਗ ਦੀ ਹੋ ਜਾਏਗੀ। ਤੋ ਇਹਦਾ ਮਤਲਬ ਇੱਥੇ ਕੀ ਹੈ 2 2 ਹੁਣ ਕੀ ਹੋ ਗਿਆ 4 x ਦਾ ਮੁੱਲ ਕਿੰਨਾ ਆ ਗਿਆ ਮਾਈਨਸ ਦੇ 2 ਆ ਗਿਆ। x ਦੀ ਵੈਲਿਊ ਕਿੰਨੀ ਆ ਗਈ ਮਾਈਨਸ ਦੀ 2 ਠੀਕ ਹੈ। ਤੋ ਹੁਣ ਇਹਦੀ ਪਰਤਾਲ ਪਰਤਾਲ ਸੇਮ ਤਰੀਕੇ ਨਾਲ ਇਹਦੇ ਵਿੱਚ ਕੀ ਹੋਊਗਾ x ਦੀ ਵੈਲਿਊ -2 ਸਮੀਕਰਨ ਵਿੱਚ ਸਮੀਕਰਨ ਵਿੱਚ ਪਰੰਤੇ ਠੀਕ ਹੈ। ਸਮੀਕਰਨ ਵਿੱਚ ਪਰੰਤੇ ਇਹਦੇ ਵਿੱਚ ਲੈਫਟ ਹੈਂਡ ਸਾਈਡ ਜਿਹੜੀ ਹੈ ਉਹਦੇ ਵਿੱਚ ਤੁਸੀਂ 5x ਜਮਾ ਦੇ 9 ਜਦੋਂ x ਦਾ ਮੁੱਲ ਇੱਥੇ ਭਰੋਗੇ ਮਾਈਨਸ ਦੇ 2 ਤੇ 5 ਦੀ 2 ਨਾਲ ਜਦੋਂ ਗੁਣਾ ਹੋਏਗੀ ਤਾਂ ਉਹ 10 ਹੋ ਜਾਊਗਾ ਤੇ ਨਾਲ ਆਊਗਾ ਸਾਈਨ ਮਾਈਨਸ ਦਾ ਓਕੇ ਜਮਾ ਦੇ 9 10 ਵਿੱਚੋਂ 9 ਕੱਢੇ ਤੁਹਾਨੂੰ ਪਤਾ 1 ਹੁੰਦਾ ਹੈ ਪਰ ਪਲੱਸ ਮਾਈਨਸ ਮਾਈਨਸ ਹੁੰਦੇ ਹਨ ਠੀਕ ਹੈ ਤੇ ਮਾਈਨਸ ਹੋ ਜਾਣੇ ਆ ਤੇ ਸਾਈਨ ਆਊਗਾ ਵੱਡੀ ਵੈਲਿਊ ਦਾ ਇਹਦਾ ਮਤਲਬ ਇਹਦਾ ਆਨਸਰ ਲੈਫਟ ਹੈਂਡ ਸਾਈਡ ਦਾ ਕਿੰਨਾ ਆਇਆ दे 1 ਇਹਦੇ ਤੁਸੀਂ ਹੁਣ ਰਾਈਟ ਹੈਂਡ ਸਾਈਡ ਰਾਈਟ ਹੈਂਡ ਸਾਈਡ ਦੇ ਵਿੱਚ ਵੈਲਿਊ ਕਿੰਨੀ 기ਵਨ ਹੈ ਉਹ ਹੈ 5x 3, 5 3x 5 3 ਦੇ ਮਾਈਨਸ ਦੇ ਕਿੰਨੇ ਹਨ ਇੱਥੇ 2 ਠੀਕ ਹੈ ਤੇ 3 ਦੁਣੀ ਕਿੰਨੇ ਹੋ ਗਿਆ ਬੱਚੋ 3 ਦੁਣੀ ਹੋ ਗਿਆ 6 ਠੀਕ ਹੈ ਤੇ ਨਾਲ ਮਾਈਨਸ ਦਾ ਸਾਈਨ ਆ ਗਿਆ ਪੰਜਾਂ ਦੇ ਵਿੱਚੋਂ ਜਦੋਂ ਤੁਸੀਂ 6 ਮਾਈਨਸ ਕਰੋਗੇ ਤਾਂ ਆਨਸਰ ਆਊਗਾ 1 ਸਾਈਨ ਆਊਗਾ ਮਾਈਨਸ ਦਾ ਜੋ ਕਿ ਵੱਡੀ ਵੈਲਿਊ ਦਾ ਆਨਸਰ ਸਾਈਨ ਹੁੰਦਾ ਹੈ ਠੀਕ ਹੈ ਤਾਂ ਵੱਡੀ ਵੈਲਿਊ ਇੱਥੇ ਕੀ ਆ ਉਹ 6 ਹੈ ਉਹਦੇ ਮੋਰੇ ਮਾਈਨਸ ਲੱਗਾ ਹੈ ਤੇ ਇਸ ਕਰਕੇ ਮਾਈਨਸ 1 ਇੱਥੇ ਆਇਆ that means लेफ्ट ਹੈਂਡ ਸਾਈਡ ਜਿਹੜੀ ਹੈ ਰਾਈਟ ਹੈਂਡ ਸਾਈਡ ਦੇ ਬਰਾਬਰ ਆ ਗਈ ਇਹਦਾ ਮਤਲਬ ਅਸੀਂ ਕੀ ਲਿਖਾਂਗੇ ਕਿ ਉੱਤਰ ਸਹੀ ਹੈ ਠੀਕ ਹੈ ਵੈਰੀਫਾਈਡ ਹੋ ਗਿਆ ਓਕੇ ਵੈਰੀਫਾਈ ਤੁਸੀਂ ਵੈਰੀਫਾਈ ਲਿਖਣਾ ਹੈ ਓਕੇ ਜੀ ਸੋ ਥਿਸ ਇਸ ਸਮ ਨੰਬਰ 4 ਇਦਾਂ ਹੀ ਬੱਚੋ ਹੁਣ 5th ਸਮ ਹੈ ਆਓ 5th ਸਮ ਕਰਦੇ ਹਾਂ ਗ੍ਰੈਫਥ ਸੰ 4y 3 6 2y ਠੀਕ ਹੈ ਤਾਂ ਹੁਣ y ਵਾਲੀਆ ਰਕਮ ਨੂੰ ਇੱਕ ਪਾਸੇ ਲੈ ਜਾਓ ਇਹਾਂ ਦੇ ਵਿੱਚੋਂ 3 4y 2y ਕਿੰਨਾ ਆ ਗਿਆ 2y ਇਹਾਂ ਜੋ 3 ਗੱਡੇ 3 ਆ ਗਿਆ ਤਾਂ y ਦਾ ਮੁੱਲ ਕਿੰਨਾ ਆ ਗਿਆ 3 2 2 ਕਿਉਂਕਿ 2 ਦੀ y ਨਾਲ ਕੀ ਹੈ ਗੁਣਾ ਗੁਣਾ ਵਾਲੀ ਰਕਮ ਦੂਜੇ ਪਾਸੇ ਗਈ ਉਹ ਕਾਦੀ ਹੋ ਗਈ ਉਹ ਬੱਚੋ ਭਾਗ ਦੀ ਹੋ ਗਈ ਠੀਕ ਹੈ ਤਾਂ ਇਹ 3 2 ਆਨਸਰ ਆਇਆ ਹੁਣ ਤੁਸੀਂ ਪੜਤਾਲ ਕਰਨੀ ਹੈ ਲੈਫਟ ਹੈਂਡ ਸਾਈਡ ਵਿੱਚ ਜਾ ਜੋ ਕਿ 4y 3 ਹੈ ਤੇ ਇਹਦੇ ਵਿੱਚ 4 y ਦੀ ਵੈਲਿਊ 3/2 ਸੀਗੀ ਠੀਕ ਹੈ ਹੁਣ ਇਹ 2 ਦੀ 2 ਦੁਣੀ ਤੁਹਾਨੂੰ ਪਤਾ ਚਾਰ ਹੁੰਦੇ ਹਨ ਤੇ 3 ਦੀ ਫਿਰ 2 ਨਾਲ ਗੁਣਾ ਹੋ ਗਈ 3 ਦੁਣੀ 6 6 ਜਮਾ 3 ਕਿੰਨਾ ਹੋ ਗਿਆ 9 ਓਕੇ ਤੇ ਇਹਦੀ ਰਾਈਟ ਹੈਂਡ ਸਾਈਡ ਜਿਹੜੀ ਵੈਲਿਊ ਕਿੰਨੀ ਹੈ 6 2y ਇੱਥੇ ਵਿੱਚੋਂ 6 2 3/2 ਦੋ ਨਾਲ ਦੋ ਕੱਟ ਗਏ तो छे जमा तीन भी बचा तो येफ्ट तो हैंड साइड जी है इतने भी राइट हैंड साइड दे आ रही है बराबर आ रही है यहाँ मतलब सातर जो की है, है इतने भी सही है ओके तो यह सम नंबर फाइव है जी उस तो नैक्सट सम हूँ है साढ़ा छेवं छेवं सम की है थ्री एक्स माइनस वन एक टू तो फाइव एक्स माइनस एक्स ठीक है तो थ्री एक्स ਆਵਲੇ x ਦੀ ਵੈਲਿਊ ਨੂੰ ਹੁਣ ਤੁਸੀਂ ਦੂਜੇ ਪਾਸੇ ਲੈ ਕੇ ਜਾਣਾ। ਤੋਂ ਮਾਈਨਸ ਦੇ ਨੇ ਇਹ ਉਧਰ ਜਾ ਕੇ ਜਮਾ ਦੇ ਹੋ ਗਏ। ਤੋਂ 15 ਮਾਈਨਸ ਦੇ 1 ਦੂਜੇ ਸਾਈਡ ਜਾਣਗੇ ਜਮਾ ਦੇ ਹੋ ਜਾਣਗੇ। ਤੋਂ ਇਹ ਹੋ ਗਿਆ ਬੱਚੋ 4 3x 1x 4x 15 1 16। ਤੋਂ 4 ਦੀ ਇੱਥੇ x ਨਾਲ ਕੀ ਹੈ? ਗੁਣਾ ਹੈ। ਤੋਂ x ਦਾ ਮੁੱਲ ਕਿੰਨਾ ਆਇਆ? 16 4 ਯਾਨੀ ਕਿ 4 4 16 x ਦੀ ਵੈਲਿਊ ਆ ਗਈ 3 4 ਦੇ ਬਰਾਬਰ। ਠੀਕ ਹੈ? ਤੋ ਇਥੇ ਬਚੋਣ ਲੈਫਟ ਹੈਂਡ ਸਾਈਡ ਕਿਦੇ ਬਰਾਬਰ ਆਈ ਲੈਫਟ ਹੈਂਡ ਸਾਈਡ ਹੈ ਤੁਹਾਨੂੰ 기ਵਨ ਪੜਤਾਲ ਵਿੱਚ 3x 1 x ਦਾ ਮੁੱਲ 4 ਭਰਨ ਤੇ ਇਥੇ ਲਿਖਣਾ ਜ਼ਰੂਰ ਹੈ ਕਿ x 4 ਠੀਕ ਹੈ ਸਮੀਕਰਨ ਵਿੱਚ ਭਰਨ ਤੇ ਓਕੇ ਹਰ ਇੱਕ ਵਿੱਚ ਲਿਖਣਾ ਹੈ ਇਸ ਟਾਈਪ ਸਾਰਿਆਂ ਦਾ ਸੇਮ ਹੀ ਆਣਾ ਹੈ ਤੋ 4 3 ਕਿੰਨਾ ਹੋ ਗਿਆ 12 12 x ਕਿੰਨੇ ਹੋ ਗਿਆ 12 1 ਕਿੰਨੇ ਹੋ ਗਿਆ 11 ਦੇ ਬਰਾਬਰ ਫਿਰ ਆਨਸਰ ਲੈਫਟ ਹੈਂਡ ਸਾਈਡ ਦਾ ਕਿੰਨਾ ਆ ਗਿਆ 11 ਐਂਡ ਰਾਈਟ ਹੈਂਡ ਸਾਈਡ ਵਾਟ ਅਬਾਊਟ ਰਾਈਟ ਹੈਂਡ ਸਾਈਡ ਰਾਈਟ ਹੈਂਡ ਸਾਈਡ ਹੈ 15 x ਠੀਕ ਹੈ ਤੋਂ 15 ਦੇ ਵਿੱਚੋਂ x ਦਾ ਮੁੱਲ ਕਿੰਨਾ ਹੈ 4 ਜਿੰਨਾ ਆਨਸਰ ਆਇਆ ਉਹੀ ਭਰਨਾ ਹੈ ਸੱਜੇ ਪਾਸੇ ਵੀ ਖੱਬੇ ਪਾਸੇ ਵੀ ਕਿਹੜੀ ਵੈਲਿਊ ਹੈ x ਦੀ ਠੀਕ ਹੈ ਯਾਦ ਰੱਖਣਾ ਜੋ x ਦਾ ਆਨਸਰ ਆਇਆ ਉਹ ਭਰ ਕੇ ਦੇਖਣਾ ਤੁਹਾਡਾ ਆਨਸਰ ਬਰਾਬਰ ਆਉਣਾ ਚਾਹੀਦਾ 15 ਚੋਂ 4 ਘੱਡੇ ਕਿੰਨੇ ਹੋ ਗਏ 11 ਦੇਖੋ ਇੱਥੇ ਵੀ 11 ਆਨਸਰ ਆਇਆ ਇੱਥੇ ਵੀ 11 ਇਹਦਾ ਮਤਲਬ ਲੈਫਟ ਹੈਂਡ ਸਾਈਡ ਰਾਈਟ ਹੈਂਡ ਸਾਈਡ ਦੇ ਕੀ ਹੋਗੇ बराबर होगी जेदे करके की हो गया उत्तर ਸਾਡਾ ਜੋ ਆਇਆ ਹੈ ਉੱਤਰ ਕਿੰਨਾ x ਦੀ ਵੈਲਿਊ 4 ਹੈ ਜੋ ਕਿ ਸਹੀ ਹੈ ਠੀਕ ਹੈ ਇਦਾਂ ਨਾਲ ਲਿਖਣਾ ਹੈ ਸੋ ਇਹ ਕੰਮ ਹੈਗਾ ਇਹ ਧਿਆਨ ਰੱਖਣਾ ਹੈ ਇਸ ਚੀਜ਼ ਦਾ ਉਸ ਤੋਂ ਬਾਅਦ ਨੈਕਸਟ ਹੈਗਾ ਹੁਣ 7ਵਾਂ ਸਮ 7th ਸਮ ਥੋੜਾ ਜਿਆਦਾ ਟ੍ਰਿੱਕੀ ਹੈ ਇਹਨੂੰ ਚੰਗੀ ਤਰ੍ਹਾਂ ਦੇਖ ਲਓ 4x 3 2 1 x 5 ਠੀਕ ਹੈ ਹੁਣ ਇਹਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਇਹ ਬ੍ਰੈਕਟ ਸੋਲਵ ਕਰਨੀ ਪਊਗੀ ਆ ਟ੍ਰਿਕਾ ਇਹ ਥੋੜੀ ਟ੍ਰਿਕ ਹੈ ਕਿ 2 ਦੀ 2 ਦੀ x 1 ਨਾਲ ਗੁਣਾ ਹੈ ਯਾਨੀ ਕਿ 2 ਦੀ ਪਹਿਲਾਂ x ਨਾਲ ਵੀ ਗੁਣਾ ਹੈ ਠੀਕ ਹੈ ਇਹ ਤੁਹਾਡੇ ਪੁਰਾਣੇ ਹੀ ਹਨ ਕਰਦੇ ਪੁਰਾਣੇ ਸਾਰਿਆਂ ਨੂੰ ਮਿਲਣਗੇ ਪਹਿਲਾਂ ਉਹ x ਨੂੰ ਮਿਲੂਗਾ ਫਿਰ ਉਹ ਕਿਹਨੂੰ ਮਿਲੂਗਾ 1 ਨੂੰ ਠੀਕ ਹੈ ਤਾਂ 2 x 2x ਆ ਗਿਆ ਮਾਈਨਸ ਦਾ ਸਾਈਨ ਉੱਥੇ ਆ ਗਿਆ 2 1 2 ਆ ਗਿਆ ਜਮਾ ਦੇ 5 ਤਾਂ ਆ ਗਿਆ 4x 3 ਓਕੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੇਰੀਏਬਲ ਹੈ x ਆ ਤੁਸੀਂ ਦੇਖੋ 5 ਦੇ 2 5ਾਂ ਚੋਂ 2 ਕੱਢੇ ਕਿੰਨੇ ਆ ਗਿਆ ਜੀ 3 ਜਮਾ ਦੇ ਵੱਡੀ ਵੈਲਿਊ ਵਾਲਾ ਸਾਈਨ ਲੈਣਾ ਹੈ ਠੀਕ ਹੈ ਵੱਡੀ ਵੈਲਿਊ ਵਾਲਾ ਸਾਈਨ ਪਲੱਸ ਦਾ ਹੈ ਤਾਂ ਜਮਾ ਦੇ 3 4x 3 2x ਨੂੰ ਦੂਜੀ ਸਾਈਡ ਲੈ ਕੇ ਆਏ ਤਾਂ ਇਹ ਮਾਈਨਸ ਦੇ ਹੋ ਜਾਣਗੇ ਤੇ ਆਹ ਵਾਲੇ 3 ਨੂੰ ਦੂਜੀ ਸਾਈਡ ਲੈ ਗਏ ਇਹ ਬੱਚੋ ਘਟਾਓ ਦੇ ਹੋ ਜਾਣਗੇ 3 ਚੋਂ 3 ਕੱਢੇ 0 ਆ ਗਿਆ 2x ਚੋਂ uh, 4x ਚੋਂ 2x ਕੱਢੇ 2x ਨੂੰ ਮਿਲਿਆ ਤੋ x ਦੀ 2 ਨਾਲ ਗੁਣਾ ਹੈ ਦੂਜੇ ਪਾਸੇ ਭਾਗ ਹੋ ਜਾਣੀ 0 ਵਟਾ 2 ਕਿੰਨਾ ਹੋ ਗਿਆ 0 ਕਿਸੇ ਵੀ ਸੰਖਿਆ ਨੂੰ 0 ਨੂੰ ਕਿਸੇ ਵੀ ਸੰਖਿਆ ਨਾਲ ਡਿਵਾਈਡ ਕਰੋ ਤਾਂ ਹਮੇਸ਼ਾ ਆਨਸਰ ਬਰਾਬਰ ਆਂਦਾ ਹੈ ਤੋ x ਦੀ ਵੈਲਿਊ ਜਿਹੜੀ ਹੈ ਹਮੇਸ਼ਾ ਆਨਸਰ 0 ਆਂਦਾ ਹੈ ਤੋ x ਦੀ ਵੈਲਿਊ ਇੱਥੇ 0 ਆ ਗਈ ਓਕੇ ਹੁਣ ਅਸੀਂ ਕਰਾਂਗੇ ਪੜਤਾਲ ਤੋ ਪੜਤਾਲ ਲਈ ਬੱਚੋ ਕੀ ਕਰਨਾ ਹੈ ਪੜਤਾਲ ਪੜਤਾਲ ਕਿਵੇਂ ਕਰਨੀ ਹੈ ਲੈਫਟ ਹੈਂਡ ਸਾਈਡ ਦੀ ਵੈਲਿਊ ਜਿਹਦੇ ਵਿੱਚ ਤੁਸੀਂ x ਦਾ ਮੁੱਲ 0 ਪਰੰਤੇ ਠੀਕ ਹੈ ਤੋ ਲੈਫਟ ਹੈਂਡ ਸਾਈਡ ਕੀ ਹੈ लेफ्ट हैंड साइड फोर एक्स प्लस थ्री फोर इंटू जीरो प्लस थ्री चार गुना जीरो जीरो बन गया जमा दे तीन बराबर तीन ठीक है उस तो बाद राइट हैंड साइड राइट हैंड साइड के होना ये बच्चों टू इंटू जीरो माइनस वन प्लस वन तो ये जीरो माइनस वन कि हो गया वन वन इंटू टू माइनस दे टू माइनस टू प्लस फाइव किन हो गए ਪੰਜਾਜ ਦੋ ਗੱਡੇ ਤਿੰਨ ਠੀਕ ਹੈ ਤਾਂ ਲੈਫਟ ਹੈਂਡ ਸਾਈਡ ਰਾਈਟ ਹੈਂਡ ਸਾਈਡ ਦੇ ਇੱਥੇ ਵੀ ਕੀ ਆ ਰਹੀ ਹੈ ਬਰਾਬਰ ਆ ਰਹੀ ਹੈ ਜੀ ਤਾਂ ਇਹਦਾ ਮਤਲਬ ਇਹ ਤੁਹਾਡਾ ਆਨਸਰ ਜਿਹੜਾ ਹੈ ਉਹ ਸਹੀ ਹੈ ਠੀਕ ਹੈ ਤਾਂ ਕੁਐਸਚਨ ਨੰਬਰ 7 ਡਨ ਉਸ ਤੋਂ ਬਾਅਦ ਨੈਕਸਟ ਹੈਗਾ 8th ਕੁਐਸਚਨ 8th ਵਿੱਚ ਹੈਗਾ 3l 5 equal to 4 into l plus 2 minus 6 ਤਾਂ ਬ੍ਰੈਕਟ ਸੋਲਵ ਕਰੋ 4 ਦੀ ਪਹਿਲਾਂ l ਨਾਲ ਗੁਣਾ ਕਰੋ 4l 4 ਦੁਨੀ ਕਿੰਨੇ ਹੋ ਗਏ 8 ਦੇ 6 3l 5 ਤੋ ਇਹ ਬੱਚੋ ਆ ਗਿਆ 8 ਚੋਂ 6 ਕੱਢੇ ਕਿੰਨੇ ਹੋਗਾ 2 ਠੀਕ ਹੈ ਤੋ 3l 5 ਹੁਣ ਕੀ ਕਰਨਾ ਹੈ ਹੁਣ ਤੁਸੀਂ 4l ਇਹਨੂੰ ਦੂਸਰੀ ਸਾਈਡ ਲੈ ਜਾਓ ਤੇ ਬੱਚੋ ਇਹ ਮਾਈਨਸ ਦੇ ਹੋ ਜਾਣਗੇ ਤੇ 2 ਜਿਹੜੇ 5 ਜਿਹੜੇ ਨੇ ਜਮਾ ਦੇ ਨੇ ਇਹ ਹੋ ਜਾਣ ਘਟਾਉ ਦੇ ਨੇ ਇਹ ਜਮਾ ਦੇ ਹੋ ਜਾਣਗੇ ਠੀਕ ਹੈ ਮਾਈਨਸ 4 ਚੋਂ 3 ਮਾਈਨਸ ਕੀਤੇ ਵਨ ਆਇਆ ਸਾਈਨ ਆਣਾ ਵੱਡੀ ਵੈਲਿਊ ਦਾ ਜੋ ਕਿ ਮਾਈਨਸ ਦਾ ਹੈ ਚਾਰ ਦੇ ਮੂਰੇ ਮਾਈਨਸ ਲੱਗੇ ਹਨ ਤਾਂ 1l ਇਕੁਅਲ ਟੂ 7 ਇਟ ਮੀਨਸ l ਦਾ ਮੁੱਲ ਆ ਗਿਆ ਮਾਈਨਸ 7 ਠੀਕ ਹੈ ਇੱਕ ਥੱਲੇ ਆ ਜਾਣਾ ਤਾਂ ਉਹ ਫਿਰ ਮਾਈਨਸ ਦੇ 7 ਹੀ ਹੋਣਗੇ ਠੀਕ ਹੈ ਮਾਈਨਸ ਦੇ 7 ਆਏ ਇਹਨੂੰ ਬੱਚਿਓ ਹੁਣ ਤੁਸੀਂ ਸੋਲਵ ਕਰ ਲਓ ਅਗੇਨ ਕਿ l ਦਾ ਮੁੱਲ ਜਿਹੜਾ ਮਾਈਨਸ 7 ਭਰਨ ਤੇ ਠੀਕ ਹੈ ਭਰਨ ਭਰਨਾ ਕਿਹਦੇ ਵਿੱਚ ਆ ਪਹਿਲਾਂ ਲੈਫਟ ਹੈਂਡ ਸਾਈਡ ਲੈਫਟ ਹੈਂਡ ਸਾਈਡ ਕੀ ਹੈ 3l 5 ਤੋਂ 3l l ਦਾ ਮੁੱਲ ਮਾਈਨਸ ਦੇ 7 7 3 ਕਿੰਨੇ ਹੋਗਾ ਜੀ 21 ਮਾਈਨਸ ਦੇ ਨਾਲ 5 ਆ ਗਿਆ ਮਾਈਨਸ ਮਾਈਨਸ ਪਲੱਸ ਜਮਾ ਸਾਈਨ ਵੱਡੀ ਵੈਲਿਊ ਦਾ ਤਾਂ 21 5 ਕਿੰਨੇ ਹੋਗਾ 27 21 5 ਸੌਰੀ 26 ਤਾਂ ਇਹ ਬੱਚੋ ਮਾਈਨਸ ਦੇ 26 ਜਿਹੜੇ ਆ ਇਹਦੇ ਵਿੱਚ ਵੈਲਿਊ ਆਊਗੀ ਓਕੇ ਤੇ ਉਸ ਤੋਂ ਬਾਅਦ ਆ ਗਿਆ ਰਾਈਟ ਹੈਂਡ ਸਾਈਡ ਰਾਈਟ ਹੈਂਡ ਸਾਈਡ ਦੇ ਵਿੱਚ ਕੀ ਹੈ 4 l 2 6 ਤੋ 4 l ਦਾ ਮੁੱਲ ਮਾਈਨਸ ਦੇ ਸੱਤ ਜਮਾ ਦੇ 2 ਪੰਜਾਂ ਦੇ ਸੱਤ ਦੇ ਵਿੱਚੋਂ 2 ਮਾਈਨਸ ਕਿਤੂਗੇ ਕਰੂਗੇ ਤਾਂ ਮਾਈਨਸ ਦੇ 5 ਆਣਗੇ ਉਹਦੀ 4 ਨਾਲ ਗੁਣਾ ਹੋ ਜੂਗੀ ਤੋ 4 5 20 6 ਤੋ ਇਹ ਵੀ ਬੱਚੋ ਮਾਈਨਸ ਦੇ 26 ਬਰਾਬਰ ਆ ਗਿਆ ਤੋ ਆਨਸਰ ਦੋਨੋਂ ਪਾਸੇ ਬਰਾਬਰ ਆ ਰਿਹਾ ਇਹਦਾ ਮਤਲਬ ਮੁੱਲ ਸਹੀ ਹੈ ਠੀਕ ਹੈ ਤੋ ਲਾਸਟ ਸਵਾਲ ਹੈਗਾ ਹੁਣ ਫਟਾਫਟ ਅਸੀਂ ਉਹ ਵੀ ਕਰ ਲੈਣਾ ਮੈਂ ਤੇਜ਼ ਇਸ ਕਰਕੇ ਕਰਵਾਤੇ ਕਿਉਂਕਿ ਹੁਣ ਤੁਸੀਂ ਆਪ ਵੀ ਪ੍ਰੈਕਟਿਸ ਕਰੋਗੇ ਠੀਕ ਹੈ ਮੈਂ ਸਿਰਫ ਤੁਹਾਨੂੰ ਆਨਸਰ ਬਾਰੇ ਦੱਸ ਰਿਹਾ ਕਿ ਆਨਸਰ ਜਿਹੜਾ ਇਸ ਤਰ੍ਹਾਂ ਨਿਕਲਣਾ ਹੈ। ਤਾਂ 5d x ਨਾਲ ਗੁਣਾ ਠੀਕ ਹੈ 5 10 50 ਦੇ 2 ਠੀਕ ਹੈ ਤਾਂ 5x 50 ਚੋਂ 2 ਮਾਈਨਸ ਕੀਤੇ ਤਾਂ ਬੱਚੋ 48 ਜਮਾ ਦਾ ਨਿਸ਼ਾਨ ਕਿਉਂਕਿ ਵੱਡੀ ਵੈਲਿਊ ਮਰੇ ਜਮਾ ਦਾ ਨਿਸ਼ਾਨ ਹੈ। 5 ਨੂੰ ਦੂਜੇ ਪਾਸੇ ਲੈ ਗਏ ਮਾਈਨਸ ਦੇ 5x ਹੋ ਜਾਣਗੇ ਠੀਕ ਹੈ। ਤਾਂ ਇਹ ਬਣ ਗਿਆ ਬੱਚੋ 6x 5 ਯਾਨੀ ਕਿ x ਦੇ ਬਰਾਬਰ ਆ ਗਿਆ ਤਾਂ x² ਦੇ ਬਰਾਬਰ ਆ ਗਿਆ ਜੀ 48 ਠੀਕ ਹੈ x ਦਾ ਮੁੱਲ ਕਿੰਨਾ ਆ ਗਿਆ? 48 ਦੇ ਬਰਾਬਰ ਆਊਗਾ। ਹੁਣ ਤੁਸੀਂ ਅ ਐਕਸ ਦਾ ਮੁੱਲ 48 ਜਿਹੜਾ ਹੈ ਉਹ ਭਰਨ ਤੇ ਇਹਦੇ ਵਿੱਚ ਭਰਨਾ ਹੈ ਪਹਿਲਾਂ ਲੈਫਟ ਹੈਂਡ ਸਾਈਡ ਲੈਫਟ ਹੈਂਡ ਸਾਈਡ ਇੱਥੇ ਹੈ 6x 6 ਦੀ 48 ਨਾਲ ਮਲਟੀਪਲਾਈ ਐਕਸ ਦੀ ਵੈਲਿਊ 48 ਆਈ ਹੈ ਦੋਨਾਂ ਨੂੰ ਜਦੋਂ ਮਲਟੀਪਲਾਈ ਕਰੋਗੇ 288 ਆਊਗਾ ਠੀਕ ਹੈ ਔਰ ਲੈਫਟ ਰਾਈਟ ਹੈਂਡ ਸਾਈਡ ਰਾਈਟ ਹੈਂਡ ਸਾਈਡ 'ਚ ਹੁਣ ਧਿਆਨ ਨਾ ਕਰਨਾ 5x 10 ਦੇ 2 ਠੀਕ ਹੈ ਤਾਂ ਇੱਥੇ ਪਹਿਲਾਂ ਐਕਸ ਦੀ ਵੈਲਿਊ ਪੁੱਟ ਕਰੋ ਜੋ ਕਿ ਆਈ ਹੈ ਬੱਚੋ 48 ਪਲੱਸ 10 58 ਹੋ ਗਿਆ ਠੀਕ ਹੈ ਸੋ 58 ਇੰਟੂ 5 58 ਇੰਟੂ 5 58 ਨੂੰ ਜਦੋਂ ਮਲਟੀਪਲਾਈ ਕਰੂਗੇ ਇਹਦੇ ਨਾਲ 5 ਦੇ ਨਾਲ ਸੋ ਇਹ ਬੱਚੋ ਤੁਹਾਨੂੰ ਮਿਲੇਗਾ 290 ਠੀਕ ਹੈ 8 5 40 5 5 25 ਤੇ 4 29 290 2 ਕਿੰਨਾ ਆ ਗਿਆ 288 ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੀ ਸੱਜਾ ਪਾਸਾ ਖੱਬੇ ਪਾਸੇ ਦੇ ਬਰਾਬਰ ਆ ਰਿਹਾ ਇਹਦਾ ਮਤਲਬ ਉੱਤਰ ਸਾਡਾ ਸਹੀ ਹੈ ਠੀਕ ਹੈ ਸੋ ਥਿਸ ਇਜ਼ 올 अबाउट एक्सरसाइज नंबर 2.1 ਇਹਦੇ ਸਾਰੇ ਸਵਾਲ ਅਸੀਂ ਹੁਣ ਕਰ ਲਏ ਨੇ ਇਹਨਾਂ ਨੂੰ ਬੱਚੋ ਤੁਸੀਂ ਹੁਣ ਰਿਵਾਈਜ਼ ਕਰਨਾ ਹੈ ਤੇ ਚੰਗੀ ਤਰ੍ਹਾਂ ਇਹਨੂੰ ਕਰ ਲੈਣਾ ਹੈ ਥੈਂਕ ਯੂ ਥੈਂਕ ਯੂ so much ਅਗਲੀ ਐਕਸਰਸ ਅਸੀਂ ਹੁਣ ਜਦੋਂ ਵੀ ਕੰਪਲੀਟ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਉਹ ਮਿਲ ਜਾਏਗੀ ਠੀਕ ਹੈ ਜੀ ਥੈਂਕ ਯੂ ਵੈਰੀ ਮਚ